ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਰਸ਼ ਸਹਿਦੇਵ, ਮੈਂ ਵਿਖੇ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿੱਚ ਪਲੱਸ ਵਨ ਕਲਾਸ ਵਿੱਚ ਪੜ੍ਹਦਾ ਹਾਂ। ਮੈਂ ਤੁਹਾਨੂੰ ਇਸ ਵੀਡੀਓ ਵਿੱਚ COVID-19 ਜੋ ਕਿ ਪਿਛਲੇ 2 ਸਾਲਾਂ ਤੋਂ ਬਹੁਤ ਹੀ ਭਿਆਨਕ ਬਿਮਾਰੀ ਰਹੀ ਹੈ, ਇਸ ਤੋਂ ਬਚਣ ਲਈ ਮੈਂ ਤੁਹਾਨੂੰ ਕੁਝ ਤਰੀਕੇ ਇਸ ਵੀਡੀਓ ਵਿੱਚ ਦੱਸਣ ਜਾ ਰਿਹਾ ਹਾਂ, ਅਤੇ ਮੈਂ ਆਸ਼ਾ ਕਰਦਾ ਹਾਂ ਤੁਸੀਂ ਸਾਰੇ ਇਸ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖੋਗੇ ਅਤੇ ਮੇਰੇ ਦੱਸਦੇ ਹੋਏ ਤਰੀਕਿਆਂ 'ਤੇ ਜ਼ਰੂਰ ਅਮਲ ਕਰੋਗੇ। ਤਾਂ ਹੁਣ ਅਸੀਂ ਸਾਰੇ ਇਸ ਤੋਂ ਬਚਣ ਲਈ ਦਿੱਤੇ ਹੋਏ ਤਰੀਕੇ ਦੇਖਦੇ ਹਾਂ। COVID-19 ਤੋਂ ਬਚਣ ਲਈ ਸਭ ਤੋਂ ਪਹਿਲਾ ਤਰੀਕਾ ਇਹ ਹੈ, ਤੁਸੀਂ ਸਾਰੇ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਵੋ ਜਾਂ ਫਿਰ ਤੁਸੀਂ ਸੈਨੀਟਾਈਜ਼ਰ ਦੀ ਵਰਤੋਂ ਵੀ ਕਰ ਸਕਦੇ ਹੋ। ਥੋੜ੍ਹਾ ਜਿਹਾ ਸੈਨੀਟਾਈਜ਼ਰ ਆਪਣੇ ਹੱਥਾਂ 'ਤੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਤਾਂ ਕਿ ਸਾਡੇ ਹੱਥਾਂ 'ਤੇ ਜੋ ਵੀ ਜਰਮਸ ਲੱਗੇ ਹੋਣ ਉਹ ਸਾਰੇ ਖਤਮ। COVID-19 ਤੋਂ ਬਚਣ ਲਈ ਦੂਸਰਾ ਤਰੀਕਾ ਇਹ ਹੈ, ਜਦੋਂ ਤੁਸੀਂ ਕਿਤੇ ਬਾਹਰ ਜਾਣਾ ਹੈ ਜਾਂ ਕਿਸੇ ਭੀੜ ਵਾਲੀ ਜਗ੍ਹਾ 'ਤੇ ਜਾਣਾ ਹੈ, ਤੁਸੀਂ ਆਪਣਾ ਮਾਸਕ ਜ਼ਰੂਰ ਨਾਲ ਲੈ ਕੇ ਜਾਣਾ ਹੈ। ਮਾਸਕ ਨੂੰ ਤੁਸੀਂ ਦਿੱਤੇ ਹੋਏ ਤਰੀਕੇ ਰਾਹੀਂ ਹੀ ਪਹਿਨਣਾ ਹੈ। COVID-19 ਤੋਂ ਬਚਣ ਲਈ ਤੀਸਰਾ ਤਰੀਕਾ ਹੈ ਸੋਸ਼ਲ ਡਿਸਟੈਂਸਿੰਗ। ਜਦੋਂ ਵੀ ਤੁਸੀਂ ਕਿਤੇ ਭੀੜ ਵਾਲੀ ਜਗ੍ਹਾ ਵਿੱਚ ਜਾਣਾ ਹੈ, ਉੱਥੇ ਤੁਸੀਂ ਲੋਕਾਂ ਤੋਂ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ ਹੈ। ਇਸ ਤਰ੍ਹਾਂ ਤੁਸੀਂ COVID-19 ਤੋਂ ਬਚ ਸਕਦੇ ਹੋ। COVID-19 ਤੋਂ ਬਚਣ ਲਈ ਚੌਥਾ ਸਭ ਤੋਂ ਮਹੱਤਵਪੂਰਨ ਤਰੀਕਾ ਹੈ ਵੈਕਸੀਨੇਸ਼ਨ। ਤੁਹਾਨੂੰ ਸਭ ਨੂੰ ਮੇਰੀ ਅਤੇ ਸਰਕਾਰ ਵੱਲੋਂ ਇਹ ਪ੍ਰਾਰਥਨਾ ਹੈ, ਤੁਸੀਂ ਸਾਰੇ ਆਪਣੇ ਸਾਰੇ ਫੈਮਿਲੀ ਮੈਂਬਰਸ ਨੂੰ ਜੋ 18 ਸਾਲ ਤੋਂ ਵੱਧ ਹਨ, ਉਹਨਾਂ ਨੂੰ ਤੁਸੀਂ ਜ਼ਰੂਰ ਵੈਕਸੀਨੇਸ਼ਨ ਲਗਵਾਓ। ਵੈਕਸੀਨੇਸ਼ਨ ਲਗਵਾਉਣ ਨਾਲ ਤੁਹਾਡੀ ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਤੁਸੀਂ ਸਾਰੇ COVID-19 ਤੋਂ ਬਚ ਸਕਦੇ ਹੋ। ਤੁਸੀਂ ਜ਼ਿਆਦਾਤਰ ਆਪਣੇ ਨੇੜੇ ਦੇ ਕੇਂਦਰਾਂ ਵਿੱਚ ਜਾ ਕੇ ਵੈਕਸੀਨੇਸ਼ਨ ਲਗਵਾ ਸਕਦੇ ਹੋ, ਤੁਹਾਨੂੰ ਬਹੁਤ ਹੀ ਆਸਾਨੀ ਨਾਲ ਉੱਥੇ ਵੈਕਸੀਨੇਸ਼ਨ ਮਿਲ ਜਾਵੇਗੀ। ਇਹ ਪ੍ਰਾਰਥਨਾ ਸਾਡੇ ਪੰਜਾਬ ਦੇ ਪਾਰਲੀਮੈਂਟ ਸੈਕਟਰੀ ਸਰਦਾਰ ਇੰਦਰਵੀਰ ਸਿੰਘ ਬੁਲਾਰੀਆ ਜੀ ਵੱਲੋਂ ਵੀ ਦਿੱਤੀ ਗਈ ਹੈ। ਉਹਨਾਂ ਨੇ ਇੱਕ ਬਹੁਤ ਹੀ ਵੱਡਾ ਅਭਿਆਨ ਬੱਚਿਆਂ ਲਈ ਚਾਲੂ ਕੀਤਾ ਹੈ, ਜਿਸਦਾ ਨਾਮ ਉਹਨਾਂ ਨੇ ਰੱਖਿਆ ਹੈ ਅੰਮ੍ਰਿਤਸਰ ਲਿਟਲ ਚੈਂਪਸ। ਤੁਸੀਂ ਸਾਰੇ ਵੀ ਇਸ ਅਭਿਆਨ ਵਿੱਚ ਹਿੱਸਾ ਲੈ ਸਕਦੇ ਹੋ। ਇਸ ਲਈ ਤੁਸੀਂ ਉਹਨਾਂ ਦੁਆਰਾ ਆਪਣੇ ਸੋਸ਼ਲ ਮੀਡੀਆ ਨੈਟਵਰਕ ਸਾਈਟ 'ਤੇ ਪਾਈ ਗਈ ਵੀਡੀਓ ਦੇਖ ਕੇ ਇਸ ਵਿੱਚ ਹਿੱਸਾ ਲੈ ਸਕਦੇ ਹੋ। ਧੰਨਵਾਦ।